ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਮੈਂ ਤੁਹਾਡੇ ਨਾਲ ਅਰਸ਼ਦੀਪ ਤੇ ਖਬਰਾਂ ਬਾਰੇ ਰੁਕਣ ਤੋਂ ਪਹਿਲਾਂ ਇੱਕ ਨਜ਼ਰ ਖਾਸ ਹੈਡਲਾਈਨਸ ਤੇ। ਸੰਸਦ ਵਿੱਚ ਇਰਾਨ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ। ਜਸਟਿਨ ਟਰੂਡੋ ਨੇ ਪੀੜਿਤ ਪਰਿਵਾਰਾਂ ਨਾਲ ਜਤਾਈ ਹਮਦਰਦੀ। ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਓਨਟੇਰੀਓ ਦਾ ਐਮਪੀ ਐਮਪੀ ਐਰਨ ਉਟੋ ਨੂੰ ਕੀਤਾ ਰਸਮੀ ਐਲਾਨ। ਓਨਟੇਰੀਓ ਸਰਕਾਰ ਨੇ ਪੀਲ ਖੇਤਰ ਪੁਲਿਸ ਲਈ ਫੰਡ ਦੇਣ ਦੀ ਕੀਤੀ ਘੋਸ਼ਣਾ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 20 ਕਿਲੋ ਕੋਕੇਨ ਬਰਾਮਦ, $2.5 million ਦੱਸੀ ਜਾ ਰਹੀ ਹੈ ਕੀਮਤ। ਗ੍ਰੀਨ ਐਮਐਲਏ ਸੋਨੀਆ ਫੁਰਸਤੇਨੋ ਨੇ ਲੀਡਰਸ਼ਿਪ ਬਿੱਡ ਦੀ ਕੀਤੀ ਸ਼ੁਰੂਆਤ। ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਵਿੱਚ ਵੁਹਾਨ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਕੀਤਾ ਗਿਆ ਰਿਪੋਰਟ। ਤੇ ਹੋਰ ਕਰਦੇ ਹਾਂ ਮੁੱਖ ਖਬਰਾਂ ਵੱਲ। ਹਾਊਸ ਆਫ ਕਾਮਨਸ ਦਾ ਇਜਲਾਸ 6 ਹਫ਼ਤੇ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਸ਼ੁਰੂ ਹੋ ਗਿਆ, ਜਿਸ ਵਿੱਚ ਪਹਿਲੇ ਦਿਨ ਪ੍ਰਸ਼ਨ ਕਾਲ ਤੋਂ ਪਹਿਲਾਂ 1 ਮਿੰਟ ਦਾ ਮੌਨ ਧਾਰਨ ਕਰਕੇ ਇਰਾਨ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਭਾਸ਼ਣ ਦਿੰਦੇ ਹੋਏ ਆਖਿਆ ਕਿ ਕਾਸ਼ ਉਹ ਸਾਰੇ ਲੋਕ ਜਿੰਦਾ ਹੁੰਦੇ। ਇਹ ਸਮਾਜ ਅਤੇ ਪੀੜਿਤ ਪਰਿਵਾਰਾਂ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਅਸੀਂ ਸਾਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਹਾਦਸੇ ਵਿੱਚ ਮਾਰੇ ਗਏ 176 ਲੋਕਾਂ ਵਿੱਚ 57 ਕੈਨੇਡੀਅਨ ਨਾਗਰਿਕ ਸਨ, ਜਦਕਿ 29 ਲੋਕ ਕੈਨੇਡਾ ਦੇ ਪੱਕੇ ਵਸਨੀਕ ਸਨ। ਟਰੂਡੋ ਨੇ ਆਖਿਆ ਕਿ ਕੈਨੇਡਾ ਸਰਕਾਰ ਉਦੋਂ ਤੱਕ ਨਹੀਂ ਬੈਠੇਗੀ ਜਦੋਂ ਤੱਕ ਹਾਦਸੇ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਨਹੀਂ ਮਿਲਦੀ ਅਤੇ ਇਰਾਨ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੰਦਾ। ਹਾਲਾਂਕਿ ਇਰਾਨ ਨੇ ਹਾਦਸੇ ਵਾਲੀ ਥਾਂ ਤੋਂ ਬਰਾਮਦ ਹੋਏ 2 ਫਲਾਈਟ ਰਿਕਾਰਡ ਕੈਨੇਡਾ ਨੂੰ ਸੌਂਪਣ ਤੋਂ ਮਨਾ ਕਰ ਦਿੱਤਾ। ਹਾਦਸੇ ਦੀ ਜਾਂਚ ਵਿੱਚ ਹਿੱਸਾ ਲੈਣ ਗਏ ਕੈਨੇਡਾ ਦੇ 2 ਜਾਂਚਕਰਤਾ ਪਿਛਲੇ ਹਫ਼ਤੇ ਆਪਣੇ ਘਰ ਪਰਤ ਆਏ ਹਨ। ਲੋਕਾਂ ਦੀ ਜਾਨ ਚਲੇ ਜਾਣ ਨਾਲ ਵੱਡੀ ਤ੍ਰਾਸਦੀ ਵਾਪਰੀ ਹੈ, ਜਿਸ ਨਾਲ ਪੀੜਿਤ ਪਰਿਵਾਰਾਂ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। I rise today to pay tribute to 176 people who were taken from this world too soon, to remember who they were, to stand in solidarity with the people they love. Mr. Speaker, on January 8th, 167 passengers and 9 crew members took their seats aboard Ukrainian International Airlines Flight 752 and waited for takeoff. For 138 of them, Canada would be their final destination. Among these passengers, there were newlyweds, a mother and her teenage daughter, a father on his way home to his young son, families of 3, families of 4. A grade 12 student who wanted to become a doctor, a talented dentist focused on starting a practice here in Canada, an ambitious 10-year-old boy who was confident that one day he would sit in the very seat from which I rise, confident that one day his voice would be heard in this house. Mr. Speaker, over the past weeks, I have sat down with many grieving families. They told me about their loved ones, about who they were, about what they liked to do, about their plans for the future. They lived lives far too rich to be defined by this tragedy. Before any of this happened, they were not just shaping their own lives, they were building our country, building a future we all share that is now diminished by their loss. Mr. Speaker, we cannot change the terrible events that took them away from us, but we can choose mais nous pouvons choisir la façon dont nous nous souviendrons d'eux. Aujourd'hui, nous choisissons de nous souvenir de leur force, de leur gentillesse, de leur passion pour la vie. D'une certaine manière, nous connaissons... ਸਾਬਕਾ ਕੈਬਨਿਟ ਮੰਤਰੀ ਪੀਟਰ ਮਕੇ ਮਗਰੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਓਨਟੇਰੀਓ ਦੇ ਐਮਪੀ ਐਰਨ ਓਟੂਲ
ਨੇ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। 47 ਸਾਲਾ MP ਐਰਿਨ ਉਟੋਲ ਨੇ ਲੀਡਰਸ਼ਿਪ ਮੁਹਿੰਮ ਦਾ ਆਗਾਜ਼ ਕਰਨ ਤੋਂ ਪਹਿਲਾਂ ਅਲਬਰਟਾ ਵਿੱਚ ਪਾਰਟੀ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਵੈਬਸਾਈਟ ਤੇ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਇਸ ਸੰਬੰਧੀ ਜਾਣੂ ਕਰਵਾਇਆ। ਉਹਨਾਂ ਨੇ ਵਾਅਦਾ ਕੀਤਾ ਕਿ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਪਾਰਟੀ ਨੂੰ ਉਹਨਾਂ ਉਚਾਈਆਂ ਤੱਕ ਲੈ ਕੇ ਜਾਣਗੇ ਜਿੱਥੇ ਸਫਲਤਾ ਉਸਦੇ ਪੈਰ ਚੁੰਮੇਗੀ। ਵੀਡੀਓ ਵਿੱਚ ਐਰਿਨ ਪਾਰਲੀਮੈਂਟ ਹਿੱਲ ਵਿੱਚ ਤੁਰਦੇ ਹੋਏ ਦਿਖਾਈ ਦੇ ਰਹੇ ਹਨ। ਉਹਨਾਂ ਦਾ ਕਹਿਣਾ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਟੋ ਵਰਕਰਜ਼, ਜੰਗਲਾਤ ਕਾਮਿਆਂ ਅਤੇ ਜਵਾਨਾਂ ਨੂੰ ਹੀ ਨਹੀਂ ਸਗੋਂ ਸ਼ਹਿਰੀ ਅਤੇ ਉਪ ਨਗਰੀ ਦੇ ਵੋਟਰਾਂ ਨੂੰ ਵੀ ਆਕਰਸ਼ਿਤ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਪਾਰਟੀ ਨੂੰ ਇਕਜੁੱਟ ਕਰਨ ਲਈ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਸਫਲਤਾ ਤੱਕ ਪਹੁੰਚਾਇਆ ਜਾ ਸਕੇ। ਉਹਨਾਂ ਆਖਿਆ ਕਿ ਗਰਭਪਾਤ ਜਿਹੇ ਸਮਾਜਿਕ ਮੁੱਦਿਆਂ ਤੇ ਪਾਰਟੀ ਦੀ ਸਥਿਤੀ ਤੇ ਬਹਿਸ ਕਰਨ ਦੀ ਲੋੜ ਹੈ ਕਿਉਂਕਿ ਇਹੋ ਜਿਹੇ ਮੁੱਦਿਆਂ ਕਾਰਨ ਪਾਰਟੀ ਨੂੰ ਅਕਤੂਬਰ ਮਹੀਨੇ ਹੋਈਆਂ ਫੈਡਰਲ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੰਜ਼ਰਵੇਟਿਵ ਪਾਰਟੀ ਦੇ ਕਈ ਨੇਤਾਵਾਂ ਦਾ ਕਹਿਣਾ ਹੈ ਕਿ ਇਹਨਾਂ ਮੁੱਦਿਆਂ ਕਾਰਨ ਪਾਰਟੀ ਨੂੰ ਓਨਟੇਰੀਓ ਅਤੇ ਕਿਊਬੈਕ ਦੇ ਸ਼ਹਿਰੀ ਅਤੇ ਉਪਨਗਰੀ ਦੇ ਵੋਟਰਾਂ ਦੀ ਰੋਹ ਕਾਰਨ ਨਮੋਸ਼ੀ ਚੱਲਣੀ ਪਈ ਸੀ। ਤਾਂ ਦੱਸ ਦਈਏ 27 ਜੂਨ ਨੂੰ ਟੋਰਾਂਟੋ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਹੋਣ ਵਾਲੀ ਹੈ ਜਿਸ ਵਿੱਚ ਪਾਰਟੀ ਨੂੰ ਨਵਾਂ ਆਗੂ ਮਿਲੇਗਾ। ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਐਰਿਨ ਉਟੋਲ ਨੇ ਕੌਕਸ ਵਿੱਚ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਆਲੋਚਕ ਦਾ ਅਹੁਦਾ ਛੱਡ ਦਿੱਤਾ ਕਿਉਂਕਿ ਦੌੜ ਵਿੱਚ ਸ਼ਾਮਲ ਹੋਣ ਵਾਲਾ ਵਿਅਕਤੀ ਆਲੋਚਕ ਦੇ ਅਹੁਦੇ ਤੇ ਤਾਇਨਾਤ ਨਹੀਂ ਰਹਿ ਸਕਦਾ। Who's going to fight for auto workers who just saw the last car roll off the line? Who's going to fight for forestry workers who just watched another mill close? Who's going to stand up for those who wear a uniform of service to protect us at home and abroad? Who's going to defend our history, our institutions against attacks from cancel culture and the radical left? The stakes are high for Canada. The country needs a strong Conservative Party. We need strong leadership to unite our party, take the hyphen out of being a Conservative, and ensure we grow our movement to win. We need to show more urban and suburban Canadians that their values of liberty, family, and equality are at the core of our party. It's time Canadians had a government that fights for their needs instead of fighting for attention from global celebrities and corrupt corporate insiders. I'm Aaron O'Toole, and I'm running to unite Conservatives on the path to victory. I'm not a career politician. I'm not a product of the Ottawa bubble. I spent 10 years in the private sector and 12 years in our military, where you're judged by who you are and the work you do, not where you came from or who you know. I'm asking for your support to take on and beat Justin Trudeau. I'm in politics to fight for you, and I need you to fight alongside me for Canada. ਉਧਰ ਓਨਟੇਰੀਓ ਸਰਕਾਰ ਪੀਲ ਰੀਜਨਲ ਪੁਲਿਸ ਨੂੰ $20.5 million ਮੁਹੱਈਆ ਕਰਵਾ ਰਹੀ ਹੈ ਤਾਂ ਜੋ ਪੁਲਿਸ ਅਧਿਕਾਰੀਆਂ ਨੂੰ ਕਮਿਊਨਿਟੀ ਪੁਲਿਸਿੰਗ, ਬੰਦੂਕ ਦੀ ਹਿੱਸਾ ਅਤੇ ਸਮੂਹਿਕ ਹਿੰਸਾ ਨੂੰ ਵਧਾਉਣ ਅਤੇ ਗਲੀਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੇ ਸਾਧਨ ਅਤੇ ਹੋਰ ਸਾਧਨ ਦਿੱਤੇ ਜਾ ਸਕਣ। ਪ੍ਰੀਵੀਅਰ ਡਾਕ ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਬੰਦੂਕ ਅਤੇ ਗੈਂਗ ਹਿੰਸਾ ਵਿਰੁੱਧ ਲੜਨ ਅਤੇ ਸੁਰੱਖਿਅਤ ਭਾਈਚਾਰਿਆਂ ਦੀ ਉਸਾਰੀ ਲਈ ਹਰ ਚੀਜ਼ ਕਰ ਰਹੀ ਹੈ। ਅਸੀਂ ਹਿੰਸਕ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਉਹਨਾਂ ਨੂੰ ਸਲਾਖਾਂ ਵਿੱਚ ਰੱਖਣ ਦੇ ਲਈ ਵਰਦੀ ਵਿੱਚ ਆਪਣੇ ਆਦਮੀਆਂ ਤੇ ਔਰਤਾਂ ਨੂੰ ਹੋਰ ਵਧੇਰੇ ਸਰੋਤ ਪ੍ਰਦਾਨ ਕਰ ਰਹੇ ਹਾਂ। ਫੰਡਾਂ ਦਾ ਹਿੱਸਾ ਪੀਲ ਰੀਜਨਲ ਪੁਲਿਸ ਦੇ ਕਮਿਊਨਿਟੀ ਏਕੀਕਰਨ ਪ੍ਰੋਗਰਾਮ ਦੇ ਵੱਲ ਜਾਵੇਗਾ। ਇਹ ਪਹਿਲ ਪੁਲਿਸ ਅਫਸਰਸ ਨੂੰ ਉਹਨਾਂ ਛੋਟੀਆਂ ਟੀਮਾਂ ਨੂੰ ਸੌਂਪਦੀ ਹੈ ਜੋ ਕਮਿਊਨਿਟੀ ਦੇ ਮੈਂਬਰਾਂ ਦੇ ਨਾਲ ਲੋਕਾਂ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਪ੍ਰੋਜੈਕਟ ਤੇ ਸਿੱਧੇ ਤੌਰ ਤੇ ਕੰਮ ਕਰਦੇ ਹਨ ਜਿਸ ਵਿੱਚ ਗੁਆਂਢੀਆਂ, ਟਾਊਨ ਹਾਲ ਦੀਆਂ ਮੀਟਿੰਗਾਂ ਅਤੇ ਸੱਭਿਆਚਾਰਕ ਕਮਿਊਨਿਟੀ ਪਹੁੰਚ ਸ਼ਾਮਿਲ ਹਨ। ਇਹ ਪਹਿਲ ਪਿਛਲੇ 3 ਸਾਲਾਂ ਦੌਰਾਨ ਸੂਬੇ ਦੇ ਅਗਲੇ ਕਮਿਊਨਿਟੀ ਸੇਫਟੀ ਐਂਡ ਪੁਲਿਸਿੰਗ CSP ਗ੍ਰਾਂਟ ਪ੍ਰੋਗਰਾਮ ਦੁਆਰਾ ਅਗਲੇ 3 ਸਾਲਾਂ ਦੌਰਾਨ ਕੀਤੇ ਜਾ ਰਹੇ $195 million ਦੇ ਕੁੱਲ ਨਿਵੇਸ਼ ਦਾ ਹਿੱਸਾ ਹੈ। I absolutely love our police officers and I'm proud to say 3 out of my 4 daughters are with police officers, so there's my bias right there as well. I have so much respect for what you do, your long hours that you put in every single day, and you put your lives on the line for each and every one of us every single day. You're always looking out for us, so our government is doing everything we can to make sure we look out for you. And make sure you have the tools and the resources you need to do your job and keep us safe. Today, we're bringing the fight against guns and gangs in Peel Region. We're investing over $20 million to strengthen community policing, to prosecute even more offenders involved in firearm offenses. This money will help our police officers work directly with the members of the public to improve safety. It will also allow our officers to target organized crime at its source and work with prosecutors to lock up the criminals. Today,
This investment is part of our government's $195 million commitment to community policing across our province, and part of our provincial-wide strategy to fight guns and gangs, to bring violent criminals to justice, and make sure we keep our streets safe. I know these initiatives are top priority for the chief. It's something he's been working on for many years, including his time over at Halton Police. Too many of our young people in Peel Region are being recruited and preyed on by these gangs. So we need to intervene early to stop the violence. Today's funding will give police additional support to go after the dangerous criminals and put them behind bars where they belong. And a message to the criminals that are watching us now: we're coming for you, we're gonna find you, we're gonna catch you, and we're gonna lock you up for a long time. ਤੋ ਉਧਰ ਬਾਰਡਰ ਅਧਿਕਾਰੀਆਂ ਨੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 20 ਕਿਲੋ ਕੋਕੇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ 2.5 ਮਿਲੀਅਨ ਤੋਂ ਵੱਧ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਦੇ ਅਧਿਕਾਰੀਆਂ ਨੇ 11 ਜਨਵਰੀ ਨੂੰ ਸੇਂਟ ਮਾਰਟਿਨ ਤੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਆਏ ਜਹਾਜ਼ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਇੱਕ ਸ਼ੱਕੀ ਬੈਗ ਬਰਾਮਦ ਹੋਇਆ ਜਿਸ ਦਾ ਵਜ਼ਨ ਲਗਭਗ 20 ਕਿਲੋ ਸੀ। ਬਾਅਦ ਵਿੱਚ ਜਾਂਚ ਦੌਰਾਨ ਇਸ ਦੇ ਸ਼ੱਕੀ ਕੋਕੇਨ ਹੋਣ ਦੀ ਪੁਸ਼ਟੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਜਾਂਚ ਉੱਤੇ ਉਨ੍ਹਾਂ ਪਾਇਆ ਕਿ ਇੱਕ ਬੈਗ ਵਿੱਚ ਇੱਟ ਵਰਗੀਆਂ ਪਾਈਆਂ ਗਈਆਂ 15 ਵਸਤਾਂ ਅਸਲ ਵਿੱਚ ਕੋਕੇਨ ਹੀ ਸੀ। CBSA ਨੇ ਦੱਸਿਆ ਕਿ ਇਸ ਨਸ਼ੀਲੇ ਪਦਾਰਥ ਦੀ ਕੀਮਤ $2.5 million ਤੋਂ ਵੀ ਵੱਧ ਹੋ ਸਕਦੀ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਾਰੇ ਸਬੂਤ RCMP ਹਵਾਲੇ ਕਰ ਦਿੱਤੇ ਗਏ ਹਨ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਚਾਰਜਸ ਇਸ ਮਾਮਲੇ ਦੇ ਸੰਬੰਧ ਵਿੱਚ ਹੀ ਲਗਾਏ ਗਏ ਹਨ। ਇਸ ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਹੈ, ਅਜੇ ਇਸ ਸੰਬੰਧੀ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। RCMP ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ 1-800-387-0020 ਨੰਬਰ ਤੇ ਕਾਲ ਕਰਕੇ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਤੋ ਉਧਰ BC ਗ੍ਰੀਨ ਪਾਰਟੀ ਵਿਧਾਇਕ ਸੋਨੀਆ ਫੁਰਸਤੈਨੋ ਨੇ ਗ੍ਰੀਨ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸੋਨੀਆ ਨੇ ਗ੍ਰੀਨ ਪਾਰਟੀ ਦੀ ਅਗਲੀ ਨੇਤਾ ਬਣਨ ਲਈ ਐਲਾਨ ਕਰ ਦਿੱਤਾ। ਐਂਡਰਿਊ ਵੀਵਰ ਦੇ ਲੀਡਰ ਵਜੋਂ ਅਸਤੀਫਾ ਦੇਣ ਤੋਂ ਬਾਅਦ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਵੀਵਰ ਵੱਲੋਂ ਪਾਰਟੀ ਦਾ ਅਹੁਦਾ ਛੱਡਣ ਤੋਂ ਬਾਅਦ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨ ਵਾਲੇ ਪਹਿਲੇ ਉਮੀਦਵਾਰ MLA ਸੋਨੀਆ ਫੁਰਸਤੈਨੋ ਹਨ। ਵੀਵਰ ਨੇ ਹਾਲ ਹੀ ਵਿੱਚ ਆਖਿਆ ਸੀ ਕਿ ਉਹ ਸੁਤੰਤਰ ਇੰਡੀਪੈਂਡੈਂਟ ਵਜੋਂ ਲੜਨਗੇ। ਸੋਨੀਆ ਨੇ ਆਖਿਆ ਕਿ ਇਹ ਸਮਾਂ ਵੱਡੇ ਸੁਪਨੇ ਵੇਖਣ, ਆਪਣੀ ਸਮਰੱਥਾ ਦੀਆਂ ਹੱਦਾਂ ਤੱਕ ਪਹੁੰਚ ਅਤੇ ਹਰ ਚੀਜ਼ ਤੋਂ ਉੱਪਰ ਉੱਠ ਕੇ ਹੱਲ ਲੱਭਣ ਲਈ ਮਿਲ ਕੇ ਕੰਮ ਕਰਨ ਦਾ। ਇਹ ਭਵਿੱਖ ਹੈ ਜੋ ਮੈਂ ਆਪਣੇ ਸੂਬੇ ਦੇ ਹਰ ਇੱਕ ਭਾਈਚਾਰੇ ਲਈ ਚਾਹੁੰਦੀ ਹਾਂ। ਵਿਕਟੋਰੀਆ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਸੋਨੀਆ ਫੁਰਸਤੈਨੋ ਨੇ ਆਖਿਆ ਕਿ ਉਹ ਰਾਜਨੀਤਿਕ ਤਬਦੀਲੀ ਦੀ ਲੜਾਈ ਨੂੰ ਜਾਰੀ ਰੱਖਣਾ ਚਾਹੁੰਦੀ ਹੈ। I am so excited to announce today that I am running to be leader of the BC Green Party. Since I began talking to people about the prospect of running for leader, I've spoken with dozens of enthusiastic future candidates, organizers, policymakers, and stakeholders who are eager to be part of something new. People are so excited for a campaign that embraces their innovative and evidence-driven ideas and how we can make our province stronger and ensure a secure and resilient future for our children and grandchildren. For me, leadership isn't about being the loudest or the most dominant person in the room. It is about listening and creating a sense of engagement and belonging. It's about nurturing an ever-expanding circle of people who feel united by principles and a vision for the future, and ensuring that everyone can feel empowered to contribute their best talents, skills, and ideas. Is there not a commercial break delay to see my now? ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ। ਉਧਰ ਕੈਨੇਡਾ ਵਿੱਚ ਵੂਹਾਨ ਕੋਰੋਨਾ ਵਾਇਰਸ ਦਾ ਇੱਕ ਪੋਜ਼ਿਟਿਵ ਕੇਸ ਪਾਇਆ ਗਿਆ ਸੀ। ਵੈਨਕੂਵਰ BC ਵਿੱਚ ਵੀ ਇੱਕ ਹੋਰ ਕੇਸ ਸਾਹਮਣੇ ਆਇਆ। 40 ਸਾਲਾ ਵਿਅਕਤੀ ਜੋ ਕਿ ਚੀਨ ਤੋਂ ਆਇਆ ਦੱਸਿਆ ਜਾ ਰਿਹਾ, ਜੋ ਅਕਸਰ ਚੀਨ ਜਾਂਦਾ ਰਹਿੰਦਾ ਅਤੇ ਵੈਨਕੂਵਰ ਕੋਸਟਲ ਹੈਲਥ ਖੇਤਰ ਵਿੱਚ ਹੀ ਰਹਿੰਦਾ। BC ਦੇ ਸੂਬਾਈ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਦੇ ਅਨੁਸਾਰ ਰੋਗੀ ਚੀਨ ਦੇ ਵੂਹਾਨ ਦੀ ਯਾਤਰਾ ਤੋਂ ਬਾਅਦ ਪਿਛਲੇ ਹਫ਼ਤੇ ਵੈਨਕੂਵਰ ਪਹੁੰਚਿਆ। ਉਸਨੇ 24 ਘੰਟੇ ਬਾਅਦ ਲੱਛਣਾਂ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ। ਐਤਵਾਰ ਨੂੰ ਕੀਤਾ ਗਿਆ ਇੱਕ ਡਾਇਗਨੋਸਟਿਕ ਟੈਸਟ ਸੋਮਵਾਰ ਦੇਰ ਰਾਤ ਪੋਜ਼ਿਟਿਵ ਆਇਆ।
ਹੈਨਰੀ ਨੇ ਆਖਿਆ ਕਿ ਉਹ ਆਦਮੀ ਠੀਕ ਹੈ, ਹਸਪਤਾਲ ਵਿੱਚ ਨਹੀਂ ਹੈ ਪਰ ਉਸਨੂੰ ਘਰ ਤੋਂ ਅਲੱਗ ਰੱਖਿਆ ਜਾ ਰਿਹਾ ਅਤੇ ਉਸਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਵਿੱਚ ਵੀ ਕੋਈ ਲੱਛਣ ਨਹੀਂ ਦਿਖਾਈ ਦੇ ਰਹੇ। ਸਿਹਤ ਅਧਿਕਾਰੀ ਉਹਨਾਂ ਦੀ ਨਿਗਰਾਨੀ ਕਰ ਰਹੇ ਹਨ। ਚੀਨ ਵਿੱਚ ਕੋਰੋਨਾ ਵਾਇਰਸ ਕਾਰਨ ਘੱਟ ਤੋਂ ਘੱਟ 106 ਮੌਤਾਂ ਹੋਈਆਂ ਨੇ ਅਤੇ 4,515 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਏ ਹਨ। We're here to let you know that late yesterday we had our first case of a novel coronavirus confirmed in a person here in British Columbia through the work of the BC CDC Public Health Lab. So this person is a male in his 40s and a resident of the Vancouver Coastal Health Region. He regularly travels to China for his work and was in Wuhan City on his most recent trip. He returned to Vancouver last week and had onset of symptoms after his return. On this past Sunday, he followed public health messaging. He was assessed by a primary care provider and a test was done. The protocols were followed in that the medical health officer was notified. The test came here to the lab here at the British Columbia Center for Disease Control. And late last night, we had a confirmation of a presumptive positive here in BC. So I say it's a presumptive positive because our protocols are that the confirmation is done by a second test at the National Microbiology Laboratory in Winnipeg, and the sample is on its way to Winnipeg even as we speak, and our lab here has been in contact with the Winnipeg lab. But given the history of travel, contact that this person had in Wuhan City and the symptoms they were showing, we are confident that this is truly a case of this novel coronavirus. So Vancouver Coastal Health has been in contact with the family, has been in contact with everybody who needs to be around this case and is following up with the person and a small number of contacts on a regular basis. The person is doing well and is in isolation at home. I think other jurisdictions are working as we are on this question now, and we're working very closely together. Last Friday, all the health ministers in the country met over the phone with the federal health minister, and obviously officials are meeting on a regular basis. The health officials are meeting with all the other provincial health officials to make sure the standard across Canada is high. And I want to express it again, how proud I am of the response of people here, what they do, their caring for the issue, their sensitivity to it, and their understanding of the public concern. And I think we've shown that in the previous things, and I think that builds and should build confidence in their response. ਉਧਰ ਸਰੀ ਵਿੱਚ ਇੱਕ ਕਤਲ ਦੇ ਮਾਮਲੇ ਵਿੱਚ ਜਗਪਾਲ ਹੋਠੀ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਫਰਸਟ ਡਿਗਰੀ ਮਰਡਰ ਦੇ ਚਾਰਜਸ ਲਗਾਏ ਗਏ ਹਨ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ IHIT ਨੇ ਦੱਸਿਆ ਕਿ ਜਗਪਾਲ ਹੋਠੀ ਅਤੇ ਜੋਰਡਨ ਬਾਤਮਲੇ ਨੂੰ 30 ਸਾਲਾ ਐਂਡਰਿਊ ਬੋਲਡਵਿਨ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ BC ਪ੍ਰੋਸੀਕਿਊਸ਼ਨ ਸਰਵਿਸਿਜ਼ ਵੱਲੋਂ ਫਰਸਟ ਡਿਗਰੀ ਮਰਡਰ ਦੇ ਚਾਰਜਸ ਲਗਾਏ ਗਏ ਹਨ। ਤਾਂ ਦੱਸ ਦਈਏ ਕਿ 11 ਨਵੰਬਰ 2019 ਨੂੰ ਸ਼ਾਮ ਲਗਭਗ 5 ਵਜੇ ਸਰੀ RCMP ਨੂੰ 124 ਸਟਰੀਟ ਦੇ ਬਲਾਕ ਨੰਬਰ 107-00 ਤੋਂ ਫੋਨ ਆਇਆ ਸੀ। ਜਦੋਂ ਅਧਿਕਾਰੀ ਮੌਕੇ ਤੇ ਪੁੱਜੇ ਤਾਂ ਉੱਥੇ ਐਂਡਰਿਊ ਬੋਲਡਵਿਨ ਨਾਂ ਦਾ ਸ਼ਖਸ ਗੰਭੀਰ ਰੂਪ ਨਾਲ ਜ਼ਖਮੀ ਮਿਲਿਆ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਗਰੋਂ ਇੰਟੀਗ੍ਰੇਟਿਡ ਪੁਲਿਸ ਡੌਗ ਸਰਵਿਸਿਜ਼ ਨੇ ਸ਼ੱਕੀ ਦੀ ਭਾਲ ਕਰਨ ਲਈ ਲਿਆਂਦਾ ਗਿਆ ਸੀ ਜਿਸਨੇ ਗੂੜੇ ਰੰਗ ਦੀ ਸਵੈਟਸ਼ਰਟ ਅਤੇ ਪੈਂਟ ਪਾਈ ਹੋਈ ਸੀ। ਉਸ ਨੂੰ ਆਖਰੀ ਵਾਰ 124 ਸਟਰੀਟ ਦੇ ਨਾਰਥ ਬਾਂਡ ਵੱਲ ਦੇਖਿਆ ਗਿਆ ਸੀ। IHIT ਇਸ ਮਾਮਲੇ ਵਿੱਚ ਸਰੀ RCMP, ਇੰਟੀਗ੍ਰੇਟਿਡ ਫੋਰੈਂਸਿਕ ਸਰਵਿਸਿਜ਼ ਅਤੇ BC ਕੋਰਨਰ ਸਰਵਿਸਿਜ਼ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਮੱਧ ਪੂਰਬ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਆਪਣੀ ਅਹਿਮ ਯੋਜਨਾ ਦਾ ਐਲਾਨ ਕਰ ਦਿੱਤਾ। ਟਰੰਪ ਨੇ ਆਖਿਆ ਕਿ ਇਹ ਦੋ ਦੇਸ਼ਾਂ ਨੂੰ ਲੈ ਕੇ ਇੱਕ ਅਜਿਹਾ ਹੱਲ ਹੈ ਜਿਸ ਨੂੰ ਅਮਲ ਵਿੱਚ ਲਿਆਂਦਾ ਜਾ ਸਕਦਾ। ਉਹਨਾਂ ਆਖਿਆ ਕਿ ਇਸ ਦੇ ਤਹਿਤ ਕਿਸੇ ਵੀ ਇਜ਼ਰਾਈਲੀ ਜਾਂ ਫਲਸਤੀਨੀ ਨੂੰ ਉਹਨਾਂ ਦੇ ਘਰਾਂ ਤੋਂ ਨਹੀਂ ਕੱਢਿਆ ਜਾਵੇਗਾ। ਵਾਈਟ ਹਾਊਸ ਵਿੱਚ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਆਪਣੀ ਪੀਸ ਪਲਾਨ ਦਾ ਐਲਾਨ ਕਰਦੇ ਹੋਏ ਟਰੰਪ ਨੇ ਇਸ ਨੂੰ ਫਲਸਤੀਨੀਆਂ ਦੇ ਲਈ ਆਖਰੀ ਮੌਕਾ ਦੱਸਿਆ। ਹਾਲਾਂਕਿ ਫਲਸਤੀਨ ਪਹਿਲਾਂ ਹੀ ਲੀਕ ਹੋ ਚੁੱਕੇ ਇਸ ਪ੍ਰਸਤਾਵ ਨੂੰ ਖਾਰਜ ਕਰ ਚੁੱਕੇ ਨੇ। ਵਾਈਟ ਹਾਊਸ ਵਿੱਚ ਟਰੰਪ ਨੇ ਆਖਿਆ ਕਿ ਅੱਜ ਇਜ਼ਰਾਈਲ ਨੇ ਸ਼ਾਂਤੀ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ। ਫਲਸਤੀਨੀ ਲੋਕ ਗਰੀਬੀ ਅਤੇ ਹਿੰਸਾ ਦਾ ਸ਼ਿਕਾਰ ਹਨ, ਉਹਨਾਂ ਨੂੰ ਬਿਹਤਰ ਜ਼ਿੰਦਗੀ ਮਿਲਣੀ ਚਾਹੀਦੀ ਹੈ। ਟਰੰਪ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪੂਰਬੀ ਯਰੂਸ਼ਲਮ ਵਿੱਚ ਇੱਕ ਫਲਸਤੀਨ ਰਾਜਧਾਨੀ ਬਣਨ ਦੀ ਥਾਂ ਮਿਲੇਗੀ ਜਿੱਥੇ ਅਮਰੀਕੀ ਦੂਤਘਰ ਖੁੱਲ੍ਹੇਗਾ। Forging peace between Israelis and Palestinians may be the most difficult challenge of all. All prior administrations from President Lyndon Johnson
have tried and bitterly failed. But I was not elected to do small things or shy away from big problems. My vision presents a win-win opportunity for both sides, a realistic two-state solution that resolves the risk of Palestinian statehood to Israel's security. Today, Israel has taken a giant step toward peace. Yesterday, Prime Minister Netanyahu informed me that he is willing to endorse the vision as the basis for direct negotiations. Jerusalem will remain Israel's undivided, very important, undivided capital. And crucially, the proposed transition to a two-state solution will present no incremental security risk to the state of Israel whatsoever. I want this deal to be a great deal for the Palestinians. It has to be. Today's agreement is a historic opportunity for the Palestinians to finally achieve an independent state of their very own. After 70 years of little progress, this could be the last opportunity they will ever have. 1 million great new Palestinian jobs will be created. Their poverty rate will be cut in half, and their poverty rate is unacceptable now and only getting worse. Their GDP will double and triple, and much-needed hope, joy, opportunity, and prosperity will finally arrive for the Palestinian people. President Abbas, I want you to know that if you choose the path to peace, America and many other countries, we will be there. We will be there to help you in so many different ways, and we will be there every step of the way. We will be there to help. ਇਹ ਸਨ ਅੱਜ ਦੀਆਂ ਖਬਰਾਂ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਫਿਰ ਤੋਂ ਹੈਡਲਾਈਨਸ ਤੇ ਸੰਸਦ ਵਿੱਚ ਇਰਾਨ ਜਹਾਜ਼ ਹਾਦਸੇ ਦੇ ਮ੍ਰਿਤਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਜਸਟਿਨ ਟਰੂਡੋ ਨੇ ਪੀੜਿਤ ਪਰਿਵਾਰਾਂ ਨਾਲ ਜਤਾਈ ਹਮਦਰਦੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਓਨਟੇਰੀਓ ਦਾ ਐਮਪੀ ਐਰਨ ਉਟੋਲ ਨੂੰ ਕੀਤਾ ਰਸਮੀ ਐਲਾਨ ਓਨਟੇਰੀਓ ਸਰਕਾਰ ਨੇ ਪੀਲ ਖੇਤਰ ਪੁਲਿਸ ਲਈ ਫੰਡ ਦੇਣ ਦੀ ਕੀਤੀ ਘੋਸ਼ਣਾ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 20 ਕਿਲੋ ਕੋਕੇਨ ਬਰਾਮਦ $2.5 million ਦੱਸੀ ਜਾ ਰਹੀ ਹੈ ਕੀਮਤ ਗ੍ਰੀਨ MLA ਸੋਨੀਆ ਫੁਰਸਤੇਨੋ ਨੇ ਲੀਡਰਸ਼ਿਪ ਬਿਡ ਦੀ ਕੀਤੀ ਸ਼ੁਰੂਆਤ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਵਿੱਚ ਵੁਹਾਨ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਕੀਤਾ ਗਿਆ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਬਣ ਰਹੋ ਸਾਡੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ